ਕਿਹੜੀਆਂ ਪ੍ਰੋਫਾਈਲਾਂ ਨੂੰ ਯੂਕੇ ਦੇ ਵਿੱਚ ਅਪਲਾਈ ਕਰਨਾ ਚਾਹੀਦਾ ਹੈ ਕਿਹਨਾਂ ਨੂੰ ਯੂਕੇ ਦਾ ਵੀਜ਼ਾ ਨਹੀਂ ਮਿਲੂਗਾ ਯੂਕੇ ਦਾ ਕਿੰਨਾ ਖਰਚਾ ਹੁੰਦਾ ਹੈ ਕਿੰਨਾ ਪ੍ਰੋਸੈਸ ਹੈ ਯੂਕੇ ਦਾ ਤੇ ਅੱਜ ਦੀ ਡੇਟ ਦੇ ਵਿੱਚ ਯੂਕੇ ਦੀ ਕੀ ਅਪਡੇਟ ਚੱਲ ਰਹੀ ਹੈ ਤੂੰ ਤੁਹਾਨੂੰ ਸਪਟੰਬਰ ਇਨਟੇਕ ਲੈਣਾ ਚਾਹੀਦਾ ਹੈ ਜਾਂ ਫਿਰ ਤੁਹਾਨੂੰ ਜਨੂਅਰੀ 2023 ਇਨਟੇਕ ਲੈਣਾ ਚਾਹੀਦਾ ਹੈ ਕੀ ਕੀ ਰਿਕੁਆਇਰਮੈਂਟਸ ਨੇ ਇਹ ਸਾਰੀਆਂ ਚੀਜ਼ਾਂ ਆਪਾਂ ਡਿਟੇਲਸ ਡਿਸਕਸ ਕਰਾਂਗੇ ਬਹੁਤ ਆਰਾਮ ਨਾਲ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ ਪਰ ਮੈਂ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਆਪਾਂ ਇਹ ਪ੍ਰੋਸੈਸ ਨੂੰ ਥੋੜਾ ਮੈਂ ਛੋਟਾ ਕਰਦਾ ਮੈਂ ਕੋਈ ਕੰਪਰੋਮਾਈਜ਼ ਨਹੀਂ ਕੀਤਾ ਵੀਡੀਓ ਲੰਬੀ ਹੋ ਸਕਦੀ ਹੈ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸასი ਕਾਲ ਜੀ ਸਾਰਿਆਂ ਨੂੰ ਮੈਂ ਸੁਖੰਦਰ ਤੇ ਤੁਹਾਡਾ ਇੱਕ ਵਾਰ ਫੇਰ ਮੇਰੇ ਇਸ YouTube ਚੈਨਲ ਤੇ ਸਵਾਗਤ ਹੈ ਦੋਸਤੋ ਆਪਾਂ ਇਹ ਚੈਨਲ ਤਾਂ ਬਣਾਇਆ ਸੀ ਕਿ ਤੁਹਾਡੀ ਸਾਰਿਆਂ ਦੀ ਹੈਲਪ ਹੋ ਸਕੇ ਕਿ ਤੁਸੀਂ ਆਪਣੀ ਪ੍ਰੋਫਾਈਲ ਦੇ ਹਿਸਾਬ ਨਾਲ ਕਿਹੜੀ ਕੰਟਰੀ ਦਾ ਵੀਜ਼ਾ ਲਾ ਸਕਦੇ ਹੋ ਤੇ ਕਿਹੜੀ ਕੰਟਰੀ ਤੁਹਾਡੀ ਪ੍ਰੋਫਾਈਲ ਦੇ ਹਿਸਾਬ ਨਾਲ ਸੂਟੇਬਲ ਨਹੀਂ ਹੈਗੀ ਕੀ ਕੀ ਰਿਕੁਆਇਰਮੈਂਟ ਨੇ ਕੀ ਕੀ ਪ੍ਰੋਸੈਸ ਹੈ ਤੁਸੀਂ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਵਿਜ਼ਟਰ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਦੇਣਾ ਹੈ ਸੋ ਇਹ ਚੈਨਲ ਆਪਾਂ ਉਸ ਚੀਜ਼ ਲਈ ਬਣਾਇਆ ਸੀ ਤੁਸੀਂ ਵੀ ਕਿਸੇ ਕੰਟਰੀ ਦਾ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਜਾਂ ਤੁਹਾਨੂੰ ਗਾਈਡੈਂਸ ਚਾਹੀਦੀ ਹੈ ਕਿਸੇ ਵੀ ਕੰਟਰੀ ਦਾ ਵੀਜ਼ਾ ਲਗਵਾਉਣ ਲਈ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਜੋ ਅੱਗੇ ਤੋਂ ਤੁਹਾਡੇ ਕੋਲ ਇਹ ਸਾਰੀ ਇਨਫੋਰਮੇਸ਼ਨ ਪਹੁੰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸਪੈਸ਼ਲੀ ਯੂਕੇ ਬਾਰੇ ਗੱਲ ਕਰਾਂਗੇ ਯੂਕੇ ਕਿਉਂ ਸਟੂਡੈਂਟਸ ਦੀ ਫੇਵਰਿਟ ਕੰਟਰੀ ਬੰਦਾ ਜਾ ਰਿਹਾ ਹੈ ਯੂਕੇ ਵਿੱਚ ਕਿਉਂ ਵੀਜ਼ਾ 100% ਹੈ ਕਿਹੜੀਆਂ ਪ੍ਰੋਫਾਈਲਾਂ ਨੂੰ ਯੂਕੇ ਦੇ ਵਿੱਚ ਅਪਲਾਈ ਕਰਨਾ ਚਾਹੀਦਾ ਹੈ ਕਿਹਨਾਂ ਨੂੰ ਯੂਕੇ ਦਾ ਵੀਜ਼ਾ ਨਹੀਂ ਮਿਲੂਗਾ ਯੂਕੇ ਦਾ ਕਿੰਨਾ ਖਰਚਾ ਹੁੰਦਾ ਹੈ ਕਿੰਨਾ ਪ੍ਰੋਸੈਸ ਹੈ ਯੂਕੇ ਦਾ ਤੇ ਅੱਜ ਦੀ ਡੇਟ ਦੇ ਵਿੱਚ ਯੂਕੇ ਦੀ ਕੀ ਅਪਡੇਟ ਚੱਲ ਰਹੀ ਹੈ ਤੁਹਾਨੂੰ ਸਪਟੈਂਬਰ ਇੰਟੇਕ ਲਾਣਾ ਚਾਹੀਦਾ ਹੈ ਜਾਂ ਫਿਰ ਤੁਹਾਨੂੰ ਜਨੂਅਰੀ 2023 ਇੰਟੇਕ ਲਾਣਾ ਚਾਹੀਦਾ ਹੈ ਕੀ ਕੀ ਰਿਕੁਆਇਰਮੈਂਟਸ ਨੇ ਇਹ ਸਾਰੀਆਂ ਚੀਜ਼ਾਂ ਆਪਾਂ ਡਿਟੇਲਸ ਚ ਡਿਸਕਸ ਕਰਾਂਗੇ ਬਹੁਤ ਆਰਾਮ ਨਾਲ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ ਪਰ ਮੈਂ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਆਪਾਂ ਕਹਿੰਦੇ ਇਹ ਪ੍ਰੋਸੈਸ ਨੂੰ ਥੋੜਾ ਮੈਂ ਛੋਟਾ ਕਰਦਾ ਮੈਂ ਕੋਈ ਕੰਪਰੋਮਾਈਜ਼ ਨਹੀਂ ਕੀਤਾ ਵੀਡੀਓ ਲੰਬੀ ਹੋ ਸਕਦੀ ਹੈ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਯੂਕੇ ਦੇ ਵਿੱਚ ਇੰਨੀ ਜ਼ਿਆਦਾ ਹੁਣ ਜਿਹੜੀਆਂ ਕੰਪਨੀਆਂਜ਼ ਨੇ ਏਜੰਟ ਨੇ ਜਾਂ ਇਮੀਗ੍ਰੇਸ਼ਨ ਕੰਸਲਟੈਂਟ ਨੇ ਉਹ ਕਿਉਂ ਇੰਨਾ ਇੰਟਰਸਟ ਦਿਖਾ ਰਹੇ ਨੇ ਕਿਉਂਕਿ ਯੂਕੇ ਦਾ ਜਿਹੜਾ ਵੀਜ਼ਾ ਏ ਉਹ ਪੁਆਇੰਟ ਬੇਸਡ ਵੀਜ਼ਾ ਏ ਤੇ ਯੂਕੇ ਦਾ ਵੀਜ਼ਾ 100% ਹੈ 100% ਕਿਵੇਂ ਹੈ ਕਿਉਂਕਿ ਉਹ ਪੁਆਇੰਟ ਬੇਸਡ ਹੈ ਤੁਸੀਂ 70 ਪੁਆਇੰਟ ਬਣਾਣੇ ਨੇ 70 ਪੁਆਇੰਟ ਜਿਵੇਂ ਹੀ ਬਣ ਗਏ ਤੁਹਾਡਾ ਜਿਹੜਾ ਵੀਜ਼ਾ ਏ ਉਹ ਅਪਰੂਵ ਹੀ ਹੋਊਗਾ ਸਿਰਫ ਇੱਕ ਛੋਟਾ ਜਿਹਾ ਇਸ਼ੂ ਆ ਸਕਦਾ ਹੈ ਉਹ ਤਾਂ ਜੇ ਵੀਜ਼ਾ ਆਫੀਸਰ ਨੂੰ ਲੱਗਿਆ ਕਿ ਉਹਨੂੰ ਤੁਹਾਡੇ ਨਾਲ ਇੰਟਰਵਿਊ ਕਰਨਾ ਪੈਣਾ ਹੈ ਤਾਂ ਉਹ ਤੁਹਾਡੇ ਨਾਲ ਇੰਟਰਵਿਊ ਕਰ ਸਕਦਾ ਹੈ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਤੁਹਾਡਾ ਤੁਹਾਨੂੰ ਰਿਫਿਊਜ਼ ਕਰਨ ਲਈ ਇੰਟਰਵਿਊ ਕਰਨਾ ਹੈ ਉਹ ਤਾਂ ਐਜ਼ ਅ ਨਾਰਮਲ ਐਸ ਪਰ ਪ੍ਰੋਸੈਸ ਉਹਦੇ ਕੋਲ ਰਾਈਟ ਹੈ ਕਿ ਉਹ ਤੁਹਾਨੂੰ ਇੰਟਰਵਿਊ ਕਰ ਸਕਦਾ ਹੈ ਸੋ ਕੋਈ ਵੀ ਏਜੰਟ ਕੋਈ ਵੀ ਕੰਪਨੀ ਕੋਈ ਵੀ ਇਮੀਗ੍ਰੇਸ਼ਨ ਕੰਸਲਟੈਂਟ ਤੁਹਾਨੂੰ ਇਹ ਗਾਰੰਟੀ ਦਿੰਦਾ ਹੈ ਇਹ ਸ਼ੋਰਟੀ ਦਿੰਦਾ ਹੈ ਕਿ ਤੁਹਾਡਾ ਇੰਟਰਵਿਊ ਅੰਬੈਸੀ ਤੋਂ ਨਹੀਂ ਆਣਾ ਤਾਂ ਉਹ ਤੁਹਾਨੂੰ ਗਲਤ ਗਾਈਡ ਕਰ ਰਿਹਾ ਉਹ ਤੁਹਾਡੇ ਨਾਲ ਝੂਠ ਬੋਲ ਰਿਹਾ ਸੋ ਪਹਿਲੀ ਗੱਲ ਯੂਕੇ ਦੀ ਇਹ ਕਲੀਅਰ ਹੋ ਗਈ ਕਿ ਅੰਬੈਸੀ ਤੋਂ ਇੰਟਰਵਿਊ ਆ ਸਕਦਾ ਹੈ ਤੇ ਤੁਹਾਨੂੰ ਇੰਟਰਵਿਊ ਦੇਣਾ ਪੈ ਸਕਦਾ ਹੈ ਹੁਣ ਰਹੀ ਗੱਲ ਯੂਨੀਵਰਸਿਟੀ ਦੀ ਕਈ ਯੂਨੀਵਰਸਿਟੀ ਇੰਟਰਵਿਊ ਲੈਂਦੀਆਂ ਨੇ ਕਈ ਯੂਨੀਵਰਸਿਟੀ ਇੰਟਰਵਿਊ ਨਹੀਂ ਲੈਂਦੀਆਂ ਕਈ ਯੂਨੀਵਰਸਿਟੀ ਨੂੰ ਲੱਗਦਾ ਕਿ ਇਸ ਪ੍ਰੋਫਾਈਲ ਦਾ ਇੰਟਰਵਿਊ ਕਰਨ ਦੀ ਜ਼ਰੂਰਤ ਹੈ ਕਈ ਯੂਨੀਵਰਸਿਟੀ ਨੂੰ ਲੱਗਦਾ ਹੈ ਕਿ ਇਸ ਪ੍ਰੋਫਾਈਲ ਦਾ ਇੰਟਰਵਿਊ ਕਰਨ ਦੀ ਜ਼ਰੂਰਤ ਨਹੀਂ ਹੈਗੀ ਸੋ ਇਟ 올 ਡਿਪੈਂਡਸ ਔਨ ਯੂਨੀਵਰਸਿਟੀ ਯੂਨੀਵਰਸਿਟੀ ਰਿਪਰੈਜ਼ੈਂਟੇਟਿਵ ਯੂਨੀਵਰਸਿਟੀ ਐਡਮਿਸ਼ਨ ਟੀਮ ਆਪਾਂ ਇਹਦੇ ਵਿੱਚ ਕੁਝ ਨਹੀਂ ਕਹਿ ਸਕਦੇ ਹੁਣ ਅਗਲੀ ਗੱਲ ਕੀ ਯੂਕੇ ਦਾ ਵੀਜ਼ਾ ਤੁਹਾਨੂੰ ਕਿੱਥੋਂ ਅਪਲਾਈ ਕਰਨਾ ਚਾ UK ਦਾ ਵੀਜ਼ਾ ਅਪਲਾਈ ਉੱਥੇ ਕਰੋ ਭਰੋਸਾ ਉੱਥੇ ਕਰੋ ਜਿਨ੍ਹਾਂ ਕੋਲ ਰਿਜ਼ਲਟਸ ਨੇ ਸੋ ਰਿਜ਼ਲਟਸ ਤੁਹਾਨੂੰ ਪਤਾ ਹੈ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਆਪਣੇ ਕੋਲ USA UK ਦੇ ਰਿਜ਼ਲਟਸ ਹੈਗੇ ਨੇ ਆ UK ਦੇ ਚਾਰ ਵੀਜ਼ਾਸ ਨੇ ਇਹ ਹਲੇ ਓਪਨ ਕਰਨੇ ਨੇ ਕੁਝ ਜਿਹੜੇ ਹੈਗੇ ਨੇ ਉਹ ਅਸੀਂ ਆਲਰੇਡੀ ਜਿਹੜੇ ਹੈਗੇ ਓਪਨ ਕਰ ਚੁੱਕੇ ਆ ਤੇ ਆ ਦੇਖੋ ਜੀ ਆ UK ਦਾ ਵੀਜ਼ਾ ਏ ਤੇ ਇੱਕ ਮੈਂ ਹੋਰ ਓਪਨ ਕਰ ਚੁੱਕਾ ਹਾਂ ਜੀ ਆ ਵੀ UK ਦਾ ਵੀਜ਼ਾ ਏ ਸੋ ਰਿਜ਼ਲਟਸ ਆ ਰਹੇ ਨੇ ਯੂ ਐਸ ਏ ਬਾਰੇ ਕੁਝ ਸਟੂਡੈਂਟਸ ਨੇ ਪੁੱਛਿਆ ਸੀ ਯੂ ਐਸ ਏ ਦੇ ਵੀ ਰਿਜ਼ਲਟਸ ਨੇ ਜਿਹੜੇ ਉਹ ਆ ਰਹੇ ਨੇ ਆ ਮੈਂ ਤੁਹਾਨੂੰ ਯੂ ਐਸ ਏ ਦਾ ਵੀਜ਼ਾ ਵੀ ਦਿਖਾ ਦਿੰਨਾ ਹੁਣ ਹੀ ਰੀਸੈਂਟਲੀ ਸਾਡੇ ਕੋਲ ਮਿਲਿਆ ਜੀ ਆ ਯੂ ਐਸ ਏ ਦਾ ਵੀਜ਼ਾ ਹੈ ਇਹ ਲੇਟੈਸਟ ਵੀਜ਼ਾ ਯੂ ਐਸ ਏ ਦਾ ਕੈਨੇਡਾ ਦੇ ਵੀਜ਼ੇ ਵੀ ਆ ਰਹੇ ਨੇ ਆ ਕੈਨੇਡਾ ਦਾ ਵੀਜ਼ਾ ਹੈ ਲੇਟੈਸਟ ਸੋ ਕੁਸ਼ਕ ਆਪਾਂ ਨਹੀਂ ਖੋਲੇ ਹਲੇ ਚਲੋ ਇਹ ਗੱਲ ਰਹੀ ਰਿਜ਼ਲਟ ਦੀ ਰਿਜ਼ਲਟਸ ਆ ਰਹੇ ਨੇ ਯੂਕੇ ਦਾ ਰਿਜ਼ਲਟ 100% ਆ ਚਾਹੇ ਤੁਸੀਂ ਜਿੱਥੋਂ ਮਰਜੀ ਅਪਲਾਈ ਕਰੋ ਜੇ ਤੁਹਾਡੇ ਏਜੰਟ ਕੋਲ ਨੌਲੇਜ ਹੈ ਐਕਸਪੀਰੀਅੰਸ ਹੈ ਉਹਨੂੰ ਪ੍ਰੋਸੈਸ ਦਾ ਸਾਰੇ ਦਾ ਪਤਾ ਹੈ ਉਹਨੂੰ ਪਤਾ ਹੈ ਕਦੋਂ ਤੁਹਾਡੇ ਫੰਡ ਰੱਖਣੇ ਨੇ ਕਿੰਨੇ ਟਾਈਮ ਪੁਰਾਣੇ ਰੱਖਣੇ ਨੇ ਤੇ ਤੁਹਾਡੀ ਪ੍ਰੋਫਾਈਲ ਨੂੰ ਕਿਵੇਂ ਜਸਟੀਫਾਈ ਕਰਨਾ ਉਹ ਤੁਹਾਨੂੰ ਵੀza ਦਵਾ ਸਕਦਾ ਦੋਸਤੋ ਪ੍ਰੋਸੈਸ ਬਾਰੇ ਬਹੁਤ ਸਾਰੀ ਕਨਫਿਊਜ਼ਨ ਹੈ ਪ੍ਰੋਸੈਸ ਬਾਰੇ ਮੈਂ ਬਹੁਤ ਜ਼ਿਆਦਾ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਯੂਕੇ ਦਾ ਪ੍ਰੋਸੈਸ ਬਹੁਤ ਸਿੰਪਲ ਪ੍ਰੋਸੈਸ ਹੈ ਤੁਹਾਨੂੰ ਤੁਹਾਡੀ 10th 2 ਤੁਹਾਡੀ ਗ੍ਰੈਜੂਏਸ਼ਨ ਤੁਹਾਡੀ ਡਿਗਰੀ ਦੋ ਐਲਓਆਰ ਇੱਕ ਐਮਓਆਈ ਜੇ ਆਲਸ ਨਹੀਂ ਹੈਗੀ ਜੇ ਆਲਸ ਹੈਗੀ ਆ ਤਾਂ ਆਲਸ ਦਾ ਟੀਆਰਐਫ ਤੇ ਨਾਲ ਤੁਹਾਡਾ ਪਾਸਪੋਰਟ ਜੇ ਤੁਹਾਡਾ ਗੈਪ ਹੈ 2 4 5 ਸਾਲ ਦਾ ਤਾਂ ਤੁਹਾਨੂੰ ਗੈਪ ਦੀ ਜਸਟੀਫਿਕੇਸ਼ਨ ਚਾਹੀਦੀ ਹੈ ਇਹ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ ਤੁਸੀਂ ਆਪਣਾ ਇੱਕ ਰੈਜ਼ਿਊਮ ਬਣਾਓ ਤੇ ਯੂਨੀਵਰਸਿਟੀ ਚ ਅਪਲਾਈ ਕਰ ਸਕਦੇ ਹੋ ਯੂਨੀਵਰਸਿਟੀ ਦਾ ਆਫਰ ਲੈਟਰ ਫ੍ਰੀ ਹੈ ਤੁਸੀਂ ਜਿਹੜੀ ਵੀ ਯੂਨੀਵਰਸਿਟੀ ਚ ਐਲੀਜੀਬਲ ਹੋ ਜੇ ਤੁਸੀਂ ਉੱਥੇ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਆਫਰ ਲੈਟਰ ਫ੍ਰੀ ਆਫ ਕਾਸਟ ਦਿੱਤਾ ਜਾਊਗਾ ਕੋਈ ਪੈਸਾ ਆਫਰ ਲੈਟਰ ਦਾ ਨਹੀਂ ਲਿੱਤਾ ਜਾਂਦਾ ਤੁਹਾਡੇ ਤੋਂ ਚਾਹੇ ਤੁਸੀਂ ਜਿਹੜੀ ਮਰਜ਼ੀ ਯੂਨੀਵਰਸਿਟੀ ਚ ਅਪਲਾਈ ਕਰੋ ਜਿੰਨੀਆਂ ਵੀ ਯੂਨੀਵਰਸਿਟੀਆਂ ਯੂਕੇ ਚ ਹੈਗੀਆਂ ਨੇ ਸਾਰੀਆਂ ਆਫਰ ਲੈਟਰ ਫ੍ਰੀ ਹੁੰਦੀਆਂ ਨੇ ਕਿਸੇ ਦੀ ਵੀ 100 ਪਾਉਂਡ 200 ਪਾਉਂਡ 300 ਪਾਉਂਡ ਕਿਸੇ ਦੀ ਫੀਸ ਨਹੀਂ ਹੈਗੀ ਫ੍ਰੀ ਮੀਨਸ ਫ੍ਰੀ ਕੋਈ ਰਜਿਸਟ੍ਰੇਸ਼ਨ ਨਹੀਂ ਹੈਗੀ ਜੀ ਯੂਕੇ ਦੀ ਸੋ ਹੁਣ ਦੂਜੀ ਗੱਲ ਜਦੋਂ ਤੁਹਾਡੇ ਕੋਲ ਆਫਰ ਲੈਟਰ ਆ ਗਿਆ ਤੁਸੀਂ ਆਫਰ ਲੈਟਰ ਅਪਲਾਈ ਕਰਤਾ ਯੂਨੀਵਰਸਿਟੀ ਨੇ ਤੁਹਾਨੂੰ ਆਫਰ ਲੈਟਰ ਦਿੱਤਾ ਤੇ ਤੁਸੀਂ ਇਸ ਕੰਡੀਸ਼ਨ ਚੋ ਕਿ ਆਫਰ ਲੈਟਰ ਅਕਸੈਪਟ ਕਰਨਾ ਹੈ ਕਿ ਨਹੀਂ ਕਰਨਾ ਉਹ ਚੀਜ਼ ਵੇਲੇ ਤੁਸੀਂ ਧਿਆਨ ਦੇਣਾ ਕਿ ਤੁਹਾਡਾ ਆਫਰ ਲੈਟਰ ਕੰਡੀਸ਼ਨਲ ਹੈ ਜਾਂ ਅਨਕੰਡੀਸ਼ਨਲ ਹੈ ਜੇ ਤੁਹਾਡਾ ਆਫਰ ਲੈਟਰ ਕੰਡੀਸ਼ਨਲ ਹੈ ਤਾਂ ਉਹਦੇ ਉੱਤੇ ਜਿੰਨੀਆਂ ਵੀ 2 3 4 5 ਜਿੰਨੀਆਂ ਵੀ ਕੰਡੀਸ਼ਨਸ ਲੱਗੀਆਂ ਨੇ ਉਹਨਾਂ ਨੂੰ ਧਿਆਨ ਨਾਲ ਪੜੋ ਪੜ੍ਹ ਕੇ ਉਹਨਾਂ ਕੰਡੀਸ਼ਨਸ ਨੂੰ ਰਿਮੂਵ ਕਰ ਦਿਓ ਹੋ ਸਕਦਾ ਉਹ ਕੰਡੀਸ਼ਨਸ ਹੋਣ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਦੀ ਹੋਣ ਤੁਹਾਡੀ ਆਇਲਸ ਇੰਪਰੂਵਮੈਂਟ ਦੀ ਹੋਣ ਯੂਕੇ ਵੀ ਆਇਲਸ ਦੀ ਹੋਵੇ ਜਾਂ ਫਿਰ ਤੁਹਾਡੇ ਜਿਹੜੇ ਕੰਪਲੀਟ ਡਾਕੂਮੈਂਟ ਨੇ ਡਿਗਰੀ ਵਾਲੇ ਉਹਨਾਂ ਦੀ ਕੰਡੀਸ਼ਨ ਲੱਗੀ ਹੋਵੇ ਕੋਈ ਵੀ ਕੰਡੀਸ਼ਨ ਹੋ ਸਕਦੀ ਹੈ ਜਾਂ ਫਿਰ ਫੰਡਸ ਦੀ ਹੋਵੇ ਕੁਝ ਵੀ ਹੋ ਸਕਦੀ ਹੈ ਉਹਨਾਂ ਸਾਰੀਆਂ ਕੰਡੀਸ਼ਨ ਨੂੰ ਦੂਰ ਕਰਕੇ ਤੁਸੀਂ ਅਨ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਫੀਸ ਭਰਨੀ ਹੈ ਜੇ ਫੀਸ ਵਾਲੀ ਵੀ ਕੰਡੀਸ਼ਨ ਲੱਗੀ ਹੋਈ ਹੈ ਤਾਂ ਤੁਸੀਂ ਜੇ ਬਾਕੀ ਦੀਆਂ ਕੰਡੀਸ਼ਨਾਂ ਪੂਰੀ ਕਰਦੇ ਹੋ ਤਾਂ ਐਂਡ 'ਚ ਫੀਸ ਵਾਲੀ ਕੰਡੀਸ਼ਨ ਪੂਰੀ ਕਰਨੀ ਹੈ ਫੀਸ ਹੁਣ ਯੂਕੇ ਦੇ ਵਿੱਚ 12 ਤੋਂ 14 ਹਜ਼ਾਰ ਪਾਉਂਡ ਅਪਰੋਕਸੀਮੇਟ ਹੈ 12 ਤੋਂ ਘੱਟ 10 ਵੀ ਹੋ ਸਕਦੀ ਹੈ 14 ਤੋਂ ਵੱਧ 16 ਵੀ ਹੋ ਸਕਦੀ ਹੈ ਮਤਲਬ 10 ਤੋਂ 16 ਦੇ ਵਿੱਚ ਇੰਨੀ ਕੁ ਅਪਰੋਕਸੀਮੇਟ ਫੀਸ ਹੈ ਜਿਹੜੀ ਉਹ ਆ ਰਹੀ ਹੈ ਤੁਸੀਂ 6 ਮਹੀਨੇ ਦੀ ਫੀਸ ਭਰ ਸਕਦੇ ਹੋ ਕੁਝ ਯੂਨੀਵਰਸਿਟੀਆਂ ਤੁਹਾਡੇ ਤੋਂ 3000 ਪਾਉਂਡ ਲੈਂਦੀਆਂ ਨੇ ਕੁਝ 5000 ਪਾਉਂਡ ਲੈਂਦੀਆਂ ਨੇ ਕੁਝ 8000 ਪਾਉਂਡ ਦੇ ਵਿੱਚ ਤੁਹਾਨੂੰ ਕੈਸ਼ ਲੈਟਰ ਦਿੰਦੀਆਂ ਨੇ ਕੁਝ ਯੂਨੀਵਰਸਿਟੀ ਜਿੱਦਾਂ ਯੂਨੀਵਰਸਿਟੀ ਆਫ ਫੀਸ ਲੰਡਨ ਹੈ ਉਹ 10000 ਪਾਉਂਡ ਵੀ ਲੈ ਲੈਂਦੀ ਹੈ 9200 ਪਾਉਂਡ ਵੀ ਲੈ ਲੈਂ ਇਟ 올 ਡਿਪੈਂਡਸ ਔਨ ਯੂਨੀਵਰਸਿਟੀ ਕਿ ਉਹਨਾਂ ਨੇ ਆਪਣਾ ਕੀ ਕ੍ਰਾਈਟੇਰੀਆ ਰੱਖਿਆ ਹੋਇਆ ਹੈ ਸੋ ਹੁਣ ਜਦੋਂ ਤੁਸੀਂ ਫੀਸ ਭਰਤੀ ਫੀਸ ਭਰਨ ਤੋਂ ਬਾਅਦ ਤੁਹਾਡਾ ਇੰਟਰਵਿਊ ਆ ਸਕਦਾ ਹੈ ਯੂਨੀਵਰਸਿਟੀ ਨਾਲ ਉਹਨੂੰ ਕ੍ਰੈਡੀਬਿਲਟੀ ਇੰਟਰਵਿਊ ਕਹਿੰਦੇ ਨੇ ਇੰਟਰੋਡਕਟਰੀ ਇੰਟਰਵਿਊ ਕਹਿ ਦਿੰਦੇ ਨੇ ਇਸ ਇੰਟਰਵਿਊ ਦੇ ਵਿੱਚ ਕੁਝ ਨਹੀਂ ਹੁੰਦਾ ਸਿਰਫ ਔਰ ਸਿਰਫ ਤੁਹਾਡੀ ਜਿਹੜੀ ਐਸਓਪੀ ਹੈ ਉਹ ਤੁਹਾਨੂੰ ਐਨ ਪ੍ਰੋਪਰ ਪਤਾ ਹੋਣੀ ਚਾਹੀਦੀ ਹੈ ਤੁਸੀਂ ਯੂਨਿਵਰਸਿਟੀ ਕਿਉਂ ਅਪਲਾਈ ਕਰ ਰਹੇ ਹੋ ਆਹੀ ਕੋਰਸ ਕਿਉਂ ਅਪਲਾਈ ਕੀਤਾ ਤੁਸੀਂ ਬਾਕੀ ਕਿਸੇ ਕਾਲਜ ਵਿੱਚ ਕਿਉਂ ਨਹੀਂ ਅਪਲਾਈ ਕੀਤਾ ਤੁਸੀਂ ਇੰਡੀਆ ਤੋਂ ਆਪਣੀ ਸਟੱਡੀ ਕਿਉਂ ਨਹੀਂ ਰੀਜ਼ਿਊਮ ਕਰ ਰਹੇ ਤੁਹਾਡੇ ਕੋਲ ਫੰਡਸ ਕਿੰਨੇ ਨੇ ਤੁਹਾਡੇ ਫਿਊਚਰ ਪਲਾਨਸ ਕੀ ਨੇ ਤੁਹਾਨੂੰ ਸਪான்ਸਰ ਕੌਣ ਕਰਦਾ ਪਿਆ ਹੈ ਸੋ ਆ ਸਾਰੀਆਂ ਚੀਜ਼ਾਂ ਨੇ ਉਹਦੇ ਵਿੱਚ ਕੋਈ ਘਬਰਾਉਣ ਵਾਲੀ ਲੋੜ ਨਹੀਂ ਬਹੁਤ ਹੀ ਸਿੰਪਲ ਇੰਟਰਵਿਊ ਹੁੰਦਾ ਹੈ ਕੁਝ ਬੱਚੇ ਤਾਂ ਤਾਂ ਨਹੀਂ ਅਪਲਾਈ ਕਰਦੇ ਯੂਕੇ ਦਾ ਵੀਜ਼ਾ ਕਿ ਸਾਡਾ ਜੀ ਇੰਟਰਵਿਊ ਹੋਊਗਾ ਬਟ ਉਹ ਇੰਟਰਵਿਊ ਬਹੁਤ ਜ਼ਿਆਦਾ ਸਿੰਪਲ ਹੈ ਉਹਦੇ ਵਿੱਚ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਘਬਰਾਉਣ ਦੀ ਲੋੜ ਨਹੀਂ ਜਦੋਂ ਤੁਹਾਡਾ ਇੰਟਰਵਿਊ ਕਲੀਅਰ ਹੋ ਗਿਆ ਤੁਸੀਂ ਮੈਡੀਕਲ ਕਰਾਣਾ ਹੈ ਸਿਰਫ ਟੀਬੀ ਟੈਸਟ ਚੈੱਕ ਹੁੰਦਾ ਹੈ ਚੈਸਟ ਦਾ ਐਕਸਰੇ ਹੁੰਦਾ ਹੋਰ ਕੁਝ ਨਹੀਂ ਹੁੰਦਾ ਯੂਕੇ ਦੇ ਮੈਡੀਕਲ ਚ ਨੈਕਸਟ ਸਟੈਪ ਤੁਸੀਂ ਕੈਸ਼ ਲੈਟਰ ਅਪਲਾਈ ਕਰਨਾ ਹੈ ਕੈਸ਼ ਲੈਟਰ ਲਈ ਤੁਹਾਨੂੰ 28 ਦਿਨ ਪੁਰਾਣੇ ਫੰਡ ਚਾਹੀਦੇ ਨੇ 1 ਸਾਲ ਦੀ ਲਿਵਿੰਗ ਕਾਸਟ ਇਨਰ ਲੰਡਨ ਦਾ ਤਾਂ 13 ਤੋਂ 13 ਲੱਖ ਦੇ ਵਿੱਚ ਆਊਟਰ ਲੰਡਨ ਦਾ ਤਾਂ 11 ਤੋਂ 12 ਲੱਖ ਦੇ ਵਿੱਚ ਇਹ ਤੁਹਾਡੀ ਲਿਵਿੰਗ ਕਾਸਟ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜੇ ਫੀਸ ਤੁਸੀਂ 6 ਮਹੀਨੇ ਦੀ ਭਰਾਈ ਹੈ 6 ਮਹੀਨੇ ਦੀ ਫੀਸ ਹੈ ਜਿਹੜੀ ਉਹ ਤੁਸੀਂ ਆਪਣੀ ਲਿਵਿੰਗ ਕਾਸਟ ਦੇ ਨਾਲ ਸ਼ੋਅ ਕਰਨੀ ਹੈ ਕਿੰਨੀ ਸ਼ੋਅ ਕਰਨੀ ਹੈ 28 ਦਿਨ ਪੁਰਾਣੀ ਸ਼ੋਅ ਕਰਨੀ ਹੈ ਜਿੰਨੀ ਅਮਾਉਂਟ ਰਹਿ ਗਈ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਸ਼ੋਅ ਕਰਤੀਆਂ ਸਾਰੇ ਡਾਕੂਮੈਂਟ ਤੁਹਾਡੇ ਕੋਲ ਹੋ ਗਏ ਤੁਹਾਡੇ ਕੋਲ ਤੁਹਾਡੀ ਟਿਊਸ਼ਨ ਫੀਸ ਰਸੀਪਟ ਹੋ ਗਈ ਤੁਹਾਡਾ ਇੰਟਰਵਿਊ ਕਲੀਅਰ ਹੋ ਗਿਆ ਤੁਹਾਡਾ ਮੈਡੀਕਲ ਹੋ ਗਿਆ ਤੁਹਾਡੇ ਕੋਲ ਫੰਡਸ 28 ਦਿਨ ਪੁਰਾਣੇ ਹੋਗੇ ਤੁਸੀਂ ਕੈਸ਼ ਲੈਟਰ ਅਪਲਾਈ ਕਰੋ 15 ਦਿਨ ਚ 20 ਦਿਨ ਦੇ ਵਿੱਚ ਜਿੰਨਾ ਵੀ ਯੂਨੀਵਰਸਿਟੀ ਦਾ ਪ੍ਰੋਸੈਸਿੰਗ ਟਾਈਮ ਹੈ ਉਨੇ ਟਾਈਮ ਚ ਤੁਹਾਨੂੰ ਕੈਸ਼ ਲੈਟਰ ਮਿਲ ਜਾਊ ਜਦੋਂ ਤੁਹਾਡੇ ਕੋਲ ਕੈਸ਼ ਲੈਟਰ ਆ ਗਿਆ ਤੁਸੀਂ ਐਲੀਜੀਬਲ ਹੋ ਆਪਣੀ ਫਾਈਲ ਅੰਬੈਸੀ ਦੇ ਵਿੱਚ ਲਾਉਣ ਲਈ ਹੁਣ ਅੰਬੈਸੀ 'ਚ ਪਹਿਲਾਂ ਪ੍ਰੋਅਰਟੀ ਸਰਵਿਸਿਜ਼ ਬੰਦ ਸੀ ਹੁਣ ਸੁਪਰ ਪ੍ਰੋਅਰਟੀ ਤੇ ਪ੍ਰੋਅਰਟੀਜ਼ ਖੁੱਲ ਗਈ ਹੈ ਪ੍ਰੋਅਰਟੀ ਸਰਵਿਸਿਜ਼ ਤੁਸੀਂ VFS ਤੋਂ ਲੈ ਸਕਦੇ ਹੋ ਜਿਹਦੇ ਵਿੱਚ ਕੀ ਤੁਹਾਡਾ ਵੀਜ਼ਾ 1 ਹਫਤੇ 'ਚ ਆ ਜਾਂਦਾ ਹੈ ਤੁਸੀਂ ਨਾਰਮਲ ਚਲਾਉਂਗੇ ਉਹਦੇ ਵਿੱਚ ਤਿੰਨ ਤੋਂ ਚਾਰ ਵੀਕ ਲੈਂਦੇ ਨੇ ਤੁਸੀਂ ਸੁਪਰ ਪ੍ਰੋਅਰਟੀ ਲਾਉਂਗੇ ਉਹਦੇ ਵਿੱਚ ਤੁਹਾਡਾ ਵੀਜ਼ਾ ਇੱਕ ਦਿਨ 'ਚ ਰਿਫਿਊਜ਼ ਹੁੰਦਾ ਹੈ ਸੋ ਇਹਨਾਂ ਦੀਆਂ ਫੀਸਿਜ਼ ਨੇ ਉਹ ਭਰ ਕੇ ਤੁਸੀਂ VFS ਦੀ ਸਰਵਿਸਿਜ਼ ਲੈ ਸਕਦੇ ਹੋ ਤੋ ਇਹ ਸਾਰਾ ਪ੍ਰੋਸੈਸ ਸੀਗਾ ਬਹੁਤ ਸਿੰਪਲ ਐ ਯੂਕੇ ਦਾ ਵੀਜ਼ਾ ਬਟ ਕੁਝ ਏਜੰਟਸ ਇਹਨੂੰ ਕੰਪਲਿਕੇਟਡ ਕੀਤਾ ਹੋਇਆ ਉਹ ਸਿਰਫ ਤਾਂ ਕੀਤਾ ਹੋਇਆ ਤਾਂ ਕਿ ਉਹ ਆਪਣੀਆਂ ਮੋਟੀਆਂ ਫੀਸਾਂ ਤੁਹਾਡੇ ਤੋਂ ਲੈ ਸਕਣ ਤੁਹਾਨੂੰ ਕਨਫਿਊਜ਼ ਹੋਣ ਦੀ ਲੋੜ ਨਹੀਂ ਆਪਣਾ ਮਾਈਂਡ ਬਿਲਕੁਲ ਕਲੀਅਰ ਰੱਖੋ ਯੂਕੇ ਦੀਆਂ ਪ੍ਰੋਪਰਟੀ ਸਰਵਿਸਿਜ਼ ਖੁੱਲਣ ਕਰਕੇ ਹੁਣ ਜਿੱਥੇ ਜਨਵਰੀ 2023 ਇਨਟੇਕ ਦੀਆਂ ਗੱਲਾਂ ਹੋ ਰਹੀਆਂ ਸੀ ਹੁਣ ਤੁਸੀਂ ਸੈਪਟੈਂਬਰ ਇਨਟੇਕ ਵੀ ਅਪਲਾਈ ਕਰ ਸਕਦੇ ਹੋ ਜੇ ਤੁਹਾਡੇ ਕੋਲ ਫੰਡਸ ਰੈਡੀ ਨੇ ਜੇ ਤੁਹਾਡੇ ਕੋਲ ਫੰਡਸ ਰੈਡੀ ਨਹੀਂ ਹੈਗੇ ਤਾਂ ਤੁਸੀਂ ਸੈਪਟੰਬਰ ਇੰਟੇਕ ਨਾ ਕਰੋ ਜੇ ਤੁਸੀਂ ਫੰਡਸ ਤੁਹਾਡੇ ਆਲਰੇਡੀ 10 ਦਿਨ 15 ਦਿਨ ਪੁਰਾਣੇ ਆ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਕਿਉਂਕਿ ਉਹਨੇ ਟਾਈਮ 'ਚ ਤੁਹਾਡਾ ਜਦੋਂ ਆਫਰ ਆਊਗਾ ਕੈਸ਼ ਫੀਸ ਵਗੈਰਾ ਸਾਰੀਆਂ ਚੀਜ਼ਾਂ ਤੁਹਾਡੀਆਂ ਕਲੀਅਰ ਹੋਣਗੀਆਂ ਜਦ ਤੱਕ ਤੁਹਾਡੇ ਫੰਡ ਪੁਰਾਣੇ ਹੋ ਜਾਣਗੇ ਤੁਸੀਂ ਐਮਬੈਸੀ 'ਚ ਫਾਈਲ ਲਾ ਸਕਦੇ ਹੋ ਸੋ ਦੋਸਤੋ ਇਹ ਸਾਰਾ ਯੂਕੇ ਦਾ ਪ੍ਰੋਸੈਸ ਸੀ ਯੂਕੇ ਦੇ ਮੈਂ ਤੁਹਾਨੂੰ ਰਿਜ਼ਲਟਸ ਦਿਖਾ ਚੁੱਕਾ ਹਾਂ ਜੇ ਤੁਸੀਂ ਯੂਕੇ ਦਾ ਸਟੱਡੀ ਵੀਜ਼ਾ ਲਾਣਾ ਚਾਹੁੰਦੇ ਹੋ ਤੁਹਾਨੂੰ ਕੋਈ ਕਨਫਿਊਜ਼ਨ ਆ ਰਹੀ ਹੈ ਕੋਈ ਚੀਜ਼ ਜਾਂ ਕੋਈ ਡਾਊਟ ਤੁਹਾਡਾ ਕਲੀਅਰ ਨਹੀਂ ਹੋਇਆ ਤਦ ਤੁਸੀਂ ਮੈਨੂੰ ਨੀਚੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ ਮੇਰਾ ਆਫਿਸ ਵਿਜ਼ਿਟ ਕਰ ਸਕਦੇ ਹੋ ਤੁਸੀਂ ਮੈਨੂੰ ਮਿਲ ਸਕਦੇ ਹੋ ਸੋ ਅੱਜ ਦਾ ਵੀਡੀਓ ਸਿਰਫ ਇੰਨਾ ਹੀ ਯੂਕੇ ਲਈ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਲਓ ਕਿਉਂਕਿ ਮੈਂ ਇੱਥੇ ਬਿਲਕੁਲ ਕਲੀਅਰ ਕੱਟ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਸੋ ਦੋਸਤੋ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਚ ਧੰਨਵਾਦ